ਤੱਪ ਦਾ ਸੱਚ YouTube ਚੈਨਲ ਪੰਜਾਬ ਨਾਲ ਜੁੜੀ ਹਰ ਤਾਜ਼ਾ ਖਬਰ ਲਈ ਸਾਡਾ YouTube ਚੈਨਲ ਤੱਪ ਦਾ ਸੱਚ ਸਬਸਕ੍ਰਾਈਬ ਕਰੋ ਜੀ ਜਦੋਂ ਸਿੱਖ ਕੌਮ ਦਾ ਮਤਲਬ ਅੱਗੇ ਜਾ ਵਧ ਰਹੀ ਸੀ ਨਾ ਤਾਂ ਇੰਦਰਾ ਗਾਂਧੀ ਨੂੰ ਇਹ ਕਦੇ ਵੀ गवारा ਨਹੀਂ ਹੋਇਆ ਵੀ ਸਿੱਖ ਕੌਮ ਅੱਗੇ ਵਧੇ ਤਾਂ ਉਸਨੇ ਆਪਣਾ ਇਹ ਉਹਨਾਂ ਨੂੰ ਠੱਲ ਪਾਉਣ ਲਈ ਤਾਂ ਇਹ ਕਾਰਜਕ੍ਰਮ ਪੂਰਾ ਸੋਚਾ ਸਮਝੀ ਸਾਜ਼ਿਸ਼ ਨਾਲ ਕਰਵਾਇਆ ਸੀਗਾ ਸਤਿ ਸ਼੍ਰੀ ਅਕਾਲ 11 ਪੰਜਾਬੀ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਪਿੱਛੇ ਨਹੀਂ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਨਿਸ਼ਾਨਦੇਹੀ ਮੁੱਦੇ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਰੋਜ਼ਾਨਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਅਹਿਮ ਟਾਪਿਕ ਲੈ ਕੇ ਉਸ ਦੇ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਅਸੀਂ ਜਿਸ ਟਾਪਿਕ ਦੇ ਉੱਤੇ ਚਰਚਾ ਕਰਨ ਜਾ ਰਹੇ ਹਾਂ ਉਹ ਹੈ ਜੀ 6 ਜੂਨ 1984 ਜੀ ਹਾਂ ਪਹਿਲਾਂ ਵੀ ਦੋ ਸ਼ੋਅ ਤੁਸੀਂ ਦੇਖ ਚੁੱਕੇ ਹੋ ਇਸ ਟਾਪਿਕ ਦੇ ਉੱਤੇ ਅਲੱਗ-ਅਲੱਗ ਗੈਸ ਦੇ ਨਾਲ ਅਸੀਂ ਚਰਚਾ ਕੀਤੀ ਹੈ ਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ 6 ਜੂਨ 1984 ਅਤੇ ਪਿੰਡ ਰਵਾਲੇ ਤੋਂ ਆਖਿਰ ਲੋਕਾਂ ਨੂੰ ਕੀ ਪ੍ਰੋਬ ਬਿਆਨ ਦਿੰਦੇ ਨੇ ਜਿਸ ਨਾਲ ਕੀ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਕੀ ਢਿੰਡਰਾ ਵਾਲੇ ਸੰਤ ਵਾਕਈ ਹੀ ਅਜਿਹੀ ਸ਼ਖਸੀਅਤ ਸੀ ਜਿਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਇਹੀ ਚੀਜ਼ਾਂ ਹਮੇਸ਼ਾ ਸੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਦੇ ਨਾਲ ਅੱਗੇ ਵਧਦਾ ਤੇ ਅਸੀਂ ਹਮੇਸ਼ਾ ਸੱਚ ਪਰੋਸਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਨਾਲ ਤੁਹਾਨੂੰ ਇੱਕ ਸਹੀ ਰਾਹ ਮਿਲ ਸਕੇ ਇੱਕ ਸੱਚ ਦਾ ਸਾਹਮਣਾ ਤੁਸੀਂ ਕਰਨ ਜੋਗੇ ਹੋ ਸਕੋ ਉਸੇ ਚੀਜ਼ ਦੇ ਉੱਤੇ ਅੱਜ ਰੌਸ਼ਨੀ ਪਾਉਣ ਵਾਸਤੇ ਮੇਰੇ ਨਾਲ ਬੈਠੇ ਨੇ ਬਿਕਰਮਜੀਤ ਸਿੰਘ ਜੋ ਕਿ ਧੁਰੀ ਤੋਂ ਨੇ ਜੋ ਇੱਕ ਗਤਕਾ ਟੀਚਰ ਵੀ ਨੇ ਜੋ ਅਕੈਡਮੀ ਚਲਾਉਂਦੇ ਨੇ ਧੁਰੀ ਦੇ ਵਿੱਚ ਇੱਕ ਆਪਣੀ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਬਹੁਤ ਵੱਡੇ ਫੈਨ ਨੇ ਕਾਫੀ ਚੀਜ਼ਾਂ ਉਹਨਾਂ ਨੇ ਸੁਣੀਆਂ ਵੀ ਨੇ ਲਿਖੀਆਂ ਵੀ ਨੇ ਉਹਨਾਂ ਬਾਰੇ ਤੇ ਜਿੰਦ ਦੀ کافی ਨਜ਼ਦੀਕ ਤੋਂ ਜ਼ਿੰਦਗੀ ਉਹਨਾਂ ਨੇ ਪੜੀ ਹੈ ਉਹਨਾਂ ਦੀ ਤੇ ਸਭ ਤੋਂ ਪਹਿਲਾਂ ਤੁਹਾਡੀ ਤੁਹਾਡਾ ਸਵਾਗਤ ਕਰਦੇ ਆਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਿਕਰਮ ਜੀ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਤੁਹਾਨੂੰ ਸ਼ਖਸੀਅਤ ਕਿੱਦਾਂ ਦੀ ਲੱਗਦੀ ਸੀ ਕਿੱਦਾਂ ਦੇ ਇਨਸਾਨ ਸੀਗੇ ਉਹ ਦੇਖੋ ਸ਼ੁਰੂ ਤੋਂ ਨਾ ਜਦੋਂ ਸਾਡਾ ਮਤਲਬ ਅਸੀਂ ਬਚਪਨ ਸੀ ਤੇ ਸੰਤ ਪਿੰਡਰਾਵਾਲੇ ਬਾਰੇ ਸੁਣਿਆ ਕਰਦੇ ਸੀਗੇ ਤੇ ਬੜੀਆਂ ਗੱਲਾਂ ਸੁਣਿਆ ਕਰਨੀਆਂ ਉਦੋਂ ਖੜਕੋਂ ਦਾ ਸਮਾਂ ਸੀਗਾ ਖੜਕੋਂ ਚੱਕ ਲੈ ਕੇ ਪਰ ਸਾਡੇ ਅੰਦਰਨ ਸਾਨੂੰ ਜਦੋਂ ਗੱਲਾਂ ਸੁਣਿਆ ਕਰਨੀਆਂ ਬੜੀ ਮਤਲਬ ਇੱਕ ਅ ਜੋਸ਼ ਮਹਿਸੂਸ ਹੋਇਆ ਕਰਨਾ ਉਹਦੀ ਗੱਲ ਸੁਣ ਕੇ ਸਾਨੂੰ ਸੰਤ ਪਿੰਡਰਾਂ ਵਾਲੇ ਬਾਰੇ ਸਾਨੂੰ ਉਦੋਂ ਪਤਾ ਨਹੀਂ ਸੀ ਜਦੋਂ 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 ਹੁਣ ਜਵਾਨੇ ਚ ਜਾਂਦੇ ਗਏ ਤਾਂ ਉਹਨਾਂ ਬਾਰੇ ਸਾਨੂੰ ਫਿਰ ਵਿਚਾਰਾਂ ਦਾ ਮੌਕਾ ਮਿਲਿਆ ਉਹਨਾਂ ਬਾਰੇ ਪੜ੍ਹਨ ਦਾ ਮੌਕਾ ਮਿਲਿਆ ਉਹਨਾਂ ਬਾਰੇ ਜਾਣਨ ਦਾ ਮੌਕਾ ਮਿਲਿਆ ਤੇ ਅਸੀਂ ਸੰਤ ਪਿੰਡਰਾਂ ਵਾਲੇ ਬਾਰੇ ਕਹਿੰਦੇ ਆਂਗੇ ਇੱਕੋ ਐਸੀ ਸ਼ਖਸੀਅਤ ਸੀ ਬਾਬਾ ਦੀਪ ਸਿੰਘ ਤੋਂ ਬਾਅਦ ਕਹਿਣੀ ਤੇ ਕਥਨੀ ਦੇ ਪੂਰੇ ਸੀਗੇ ਬਾਬਾ ਦੀਪ ਸਿੰਘ ਜੀ ਜਿੱਥੇ ਬਾਣੀ ਪੜ੍ਹਦੇ ਸੀਗੇ ਨਾਮ ਜਪਦੇ ਸੀ ਉਹੀ ਉਹਨਾਂ ਦਾ ਰੂਪ ਹੀ ਜੇ ਆਪਾਂ ਕਹਿ ਦਈਏ ਨਾ ਸੰਤ ਭਿੰਡਰਾਂ ਵਾਲੇ ਬਾਣੀ ਤੇ ਆਪਣੇ ਬਾਣੇ ਚ ਪੂਰੇ ਪਰਪੱਕ ਸੀ ਜਿੱਥੇ ਉਹਨਾਂ ਨੇ ਹੱਥ ਵਿੱਚ ਆਪਾਂ ਕਹਿ ਦਈਏ ਕਮਾਲਾ ਦੇ ਤੌਰ ਤੇ ਇੱਕ ਹੱਥ ਮਾਲਾ ਸੀ ਉਹਨਾਂ ਦੇ ਤੇ ਇੱਕ ਹੱਥ ਉਹਨਾਂ ਦੀ ਏਕੇ 47 ਸੀ ਉਹਨਾਂ ਨੇ ਸਿੱਖਾਂ ਨੂੰ ਪੈਗਾਮ ਦਿੱਤਾ ਪਰ ਅਗਰ ਸਿੱਖਾਂ ਨੂੰ ਪੈਗਾਮ ਦਿੱਤਾ ਜੇ ਉਹ ਇੰਨੇ ਚੰਗੇ ਰੈਵਰ ਸੀਗੇ ਕੌਮ ਨੂੰ ਇੱਕ ਚੰਗੇ ਪਾਸੇ ਲੈ ਕੇ ਜਾ ਰਹੇ ਸੀਗੇ ਜਾਂ ਇੰਨਾ ਅੱਛਾ ਉਹਨਾਂ ਦਾ ਆਚਰਣ ਸੀਗਾ ਉਹ ਇੱਕ ਰੱਬੀ ਰੂਹ ਤੁਸੀਂ ਅਗਰ ਉਹਨਾਂ ਨੂੰ ਮੰਨਦੇ ਹੋ ਸੰਤ ਕਹਿ ਕੇ ਉਹਨਾਂ ਨੂੰ ਤੁਸੀਂ ਸੰਬੋਧਿਤ ਕਰਦੇ ਹੋ ਉਹਨਾਂ ਦੀ ਇੱਜ਼ਤ ਇੰਨੀ ਕਰਦੇ ਹੋ ਤਾਂ ਫਿਰ ਆਖਿਰ ਕਿਉਂ ਕੁਝ ਲੋਕ ਅਜੇਹੇ ਨੇ ਜਿਹੜੇ ਉਹਨਾਂ ਨੂੰ ਅੱਜ ਵੀ ਅਤਵਾਦੀ ਕਹਿੰਦੇ ਨੇ ਜਾਂ ਉਹਨਾਂ ਦਾ ਨਿਰਾਦਰ ਕਰਦੇ ਨੇ ਜਾਂ ਕਹਿੰਦੇ ਨੇ ਕਿ ਅਸੀਂ ਸ਼ਿਵ ਸੈਨਾ ਹੋ ਗਏ ਹਿੰਦੁਸਤਾਨ ਸ਼ਿਵ ਸੈਨਾ ਹੋ ਗਏ ਅਕਸਰ ਉਹਨਾਂ ਨੂੰ ਦੇਖਿਆ ਜਾਂਦਾ ਕਿ ਜਬਰਸੀ ਆਂਦੇ ਹੀ ਉਹ ਕਹਿੰਦੇ ਨੇ ਕਿ ਅਸੀਂ ਪੋਸਟਰ ਨਹੀਂ ਲਗਣਦੇ ਨੇ ਅਸੀਂ ਪੋਸਟਰ ਫਾੜਦੇ ਨੇ ਜਾਂ ਸਰਕਾਰਾਂ ਉਸ ਵੇਲੇ ਦੀਆਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਜੋ ਸਟੈਪ ਚੱਕੇ ਕਿਉਂ ਚੱਕੇ ਤੁਸੀਂ ਕੀ ਸੋਚਦੇ ਦੇਖੋ ਸ਼ਿਵ ਸੈਨਾ ਵਾਲੇ ਤਾਂ ਨਾ ਇਹ ਮੈਂ ਇੱਕ ਗੱਲ ਕਾਣਾ ਚਾਹਾਂਗਾ ਵੀ ਇਹ ਜਿਹੜੇ ਸਰਕਾਰ ਦੇ ਪੜਕਾਏ ਹੋਏ ਲੋਕ ਨੇ ਸ਼ਿਵ ਸ਼ੈਨਾ ਵਾਲੇ ਗੱਲਾਂ ਕਰੀ ਜਾਂਦੇ ਨੇ ਜਿਵੇਂ ਅਸੀਂ ਗੱਲ ਕਰਦੇ ਹਾਂ ਅਸੀਂ ਕਈ ਵਾਰ ਗੱਲ ਉਹਨਾਂ ਦੀ ਸੁਣੀ ਹੈਗੀ ਬਕਵਾਸ ਕਰੀ ਜਾਂਦੇ ਨੇ ਕੁਝ ਨਾ ਕੁਝ ਬੋਲੀ ਜਾਂਦੇ ਨੇਗੇ ਪਰ ਇੱਕ ਗੱਲ ਆ ਜਿਹੜਾ ਅਸਲੀ ਹਿੰਦੂਆਂ ਨਾਲ ਉਹ ਕਦੇ ਵੀ ਨਹੀਂ ਬੋਲ ਹੁਣ ਅਸੀਂ ਦੇਖਦੇ ਹਾਂ ਆਪਣੇ ਮੁਹੱਲੇ 'ਚ ਸਾਨੂੰ ਹਿੰਦੂ ਵੀ ਮਿਲਦੇ ਨੇ ਸਾਡੇ ਕੋਲ ਹਿੰਦੂ ਵੀ ਆਉਂਦੇ ਨੇ ਸਾਡੇ ਕੋਲ ਮੁਸਲਮਾਨ ਵੀ ਆਉਂਦੇ ਨੇ ਸਾਡੇ ਕੋਲ ਸਿੱਖ ਵੀ ਸਾਰੇ ਅਸੀਂ ਭਾਈਚਾਰਾ ਇਕੱਠੇ ਰਹਿੰਦੇ ਹਾਂ ਕਦੇ ਵੀ ਅਸੀਂ ਇਹ ਸੋਚਿਆ ਵੀ ਗੁਰੂ ਜਨ ਨੂੰ ਅਸੀਂ ਕਦੇ ਵੀ ਮਾੜਾ ਸ਼ਬਦ ਨਹੀਂ ਬੋਲਦੇ ਇੱਕ ਦੂਜੇ ਦੇ ਅਸੀਂ ਆਪਣੇ ਪ੍ਰੋਗਰਾਮ ਅਟੈਂਡ ਕਰਦੇ ਹਾਂ ਹਰੇਕ ਦੇ ਪਰ ਇਹ ਸ਼ਿਵ ਸ਼ੈਨਾ ਵਾਲ ਸਰਕਾਰ ਦੇ ਭੜਕਾਏ ਹੋਏ ਕੁਝ ਚੰਦ ਬੰਦੇ ਐਸੇ ਨੇ ਜੋ ਹਿੰਦੂਆਂ ਨੂੰ ਭੜਕਾ ਰਹੇ ਨੇਗੇ ਉਹ ਕਹਿੰਦੇ ਨੇ ਕਿ ਸੰਤ ਪਿੰਡਰਾਂ ਵਾਲਾ ਖਾੜ ਕੁਝ ਸੰਤ ਪਿੰਡਰਾਂ ਵਾਲੇ ਨੂੰ ਅਸੀਂ ਐਂ ਕਰ ਦਾਂਗੇ ਦੇਖੋ ਪੋਸਟਰਾਂ ਨੇ ਉਹਨਾਂ ਦਾ ਕੀ ਕਰਤਾ ਪਰ ਸ਼ਿਵ ਸੈਨਾ ਕਿਉਂ ਬਾਰ ਬਾਰ ਇਲਜ਼ਾਮ ਲਾਂਦੀ ਹੈ ਉਹਨਾਂ ਨੂੰ ਕੀ ਫਾਇਦਾ ਪਿੰਡਰਾਂ ਵਾਲਿਆਂ ਦੇ ਉੱਤੇ ਇਲਜ਼ਾਮ ਲਗਾ ਕੇ ਜਾਂ ਪਿੰਡਰਾਂ ਵਾਲੇ ਸੰਤਾਂ ਨੂੰ ਖਾੜਕੂ ਕਹਿ ਕੇ ਅੱਤਵਾਦੀ ਕਹਿ ਕੇ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੂੰਗਾ ਵੀ ਇਹ ਸ਼ਿਵ ਸੈਨਾ ਨਾ ਵੈਸੇ ਇਹ ਸ਼ਿਵ ਸੈਨਾ ਨਹੀਂ ਹੈਗੀ ਸ਼ਿਵ ਦੀ ਸੈਨਾ ਨਹੀਂ ਇਹ ਕਹੀ ਜਾ ਸਕਦੀ ਇਹ ਬਾਂਦਰ ਸੈਨਾ ਕਹੀ ਜਾ ਸਕਦੀ ਹੈ ਜਿਨ੍ਹਾਂ ਨੂੰ ਛੋਲੇ ਸੱਟੋਂ ਕੁਝ ਮਰਜ਼ੀ ਕੰਮ ਕਰਾ ਲੋ ਜੇ ਹਿੰਮਤ ਹੈ ਤਾਂ ਸਿੱਖਾਂ ਨਾਲ ਆਹਮੋ ਸਾਹਮਣੀ ਪੰਕ